ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਾਰਿਆਂ ਦਾ ਸਵਾਗਤ ਹੈ RDS ਲੀਗਲ ਦੇ ਵਿੱਚ। ਅੱਜ ਅਸੀਂ ਡਿਸਕਸ ਕਰਾਂਗੇ ਭਾਰਤੀ ਸੰਵਿਧਾਨ ਦੇ ਆਰਟੀਕਲ 13 ਦੇ ਬਾਰੇ। ਸਭ ਤੋਂ ਪਹਿਲਾਂ ਅਸੀਂ ਜਾਣ ਲੈਂਦੇ ਹਾਂ ਆਰਟੀਕਲ ਜੋ 13 ਹੈ ਇਸ ਦਾ ਓਬਜੈਕਟ ਕੀ ਹੈ। ਜਿਸ ਤਰ੍ਹਾਂ ਕਿ ਅਸੀਂ ਜਾਣਦੇ ਹਾਂ ਭਾਰਤੀ ਸੰਵਿਧਾਨ ਦੇ ਪਾਰਟ 3 ਦੇ ਵਿੱਚ ਜੋ ਫੰਡਾਮੈਂਟਲ ਰਾਈਟ ਆ ਇਹਨਾਂ ਨੂੰ ਦਿੱਤਾ ਗਿਆ ਹੈ। ਹੁਣ ਸਪੋਜ਼ ਕਰੋ ਆਪਾਂ ਇੱਕ ਐਗਜ਼ਾਮਪਲ ਲੈਂਦੇ ਹਾਂ, ਜੋ ਸਾਡੇ ਫੰਡਾਮੈਂਟਲ ਰਾਈਟ ਤਾਂ ਦਿੱਤੇ ਗਏ ਹਨ, ਉਸੇ ਤਰ੍ਹਾਂ ਜੋ ਲੈਜਿਸਲੇਟਿਵ ਹਨ, ਜੋ ਸਾਡੇ MP ਹੈ, MLA ਹੈ, ਇਹਨਾਂ ਨੂੰ ਕਾਨੂੰਨ ਬਣਾਉਣ ਦਾ ਅਧਿਕਾਰ ਹੈ। ਇਹ ਅਜਿਹੇ ਕਾਨੂੰਨ ਬਣਾ ਦਿੰਦੇ ਆ ਜੋ ਕਿ ਸਾਡੇ ਬਿਲਕੁਲ ਫੰਡਾਮੈਂਟਲ ਰਾਈਟਸ ਆ ਉਹਨਾਂ ਦੇ ਅਗੇਂਸਟ ਜਾਂਦੇ ਪਏ ਆ। ਸੋ ਅਜਿਹੀ ਹਾਲਤ ਦੇ ਵਿੱਚ ਜੋ ਆਰਟੀਕਲ 13 ਹੈ ਉਹਨਾਂ 'ਤੇ ਬਾਲ ਲਾਉਂਦਾ ਹੈ ਕਿ ਤੁਸੀਂ ਕੋਈ ਵੀ ਇਸ ਤਰ੍ਹਾਂ ਦਾ ਜਿਹੜਾ ਕਾਨੂੰਨ ਆ ਜੇ ਬਣਾਉਂਗੇ, ਜੇਕਰ ਉਹ ਕੌਨਸਟੀਟਿਊਸ਼ਨ ਦੇ ਜੋ ਫੰਡਾਮੈਂਟਲ ਦੇ ਖਿਲਾਫ ਜਾਂਦਾ ਪਿਆ ਹੈ ਤਾਂ ਜਿਹੜਾ ਜਾਂ ਇਨਕਨਸਿਸਟੈਂਟ ਹੈ ਫੰਡਾਮੈਂਟਲ ਰਾਈਟਸ ਦੇ ਨਾਲ, ਉਹ ਵਾਲਾ ਜਿਹੜਾ ਕਾਨੂੰਨ ਆ ਉਹ ਵੋਇਡ ਹੋ ਜਾਏਗਾ, ਜਾਂ ਕਹਿ ਲਓ ਕਿ ਉਹ ਵਾਲਾ ਕਾਨੂੰਨ ਆ ਖਤਮ ਹੋ ਜਾਏਗਾ। ਹੁਣ ਅਸੀਂ ਦੇਖਦੇ ਹਾਂ ਜੋ ਸਾਡਾ ਆਰਟੀਕਲ 13 ਹੈ ਉਹ ਕੀ ਕਹਿੰਦਾ ਹੈ। ਜੋ ਸਾਡਾ ਆਰਟੀਕਲ 13 ਹੈ ਉਹਦੀ ਸਭ ਆਰਟੀਕਲ 1 ਹੈ, ਸਭ ਤੋਂ ਪਹਿਲਾਂ ਉਹ ਸਾਡੇ ਜੋ ਪ੍ਰੀ ਕੌਨਸਟੀਟਿਊਸ਼ਨਲ ਲਾਅ ਆ ਉਹਨਾਂ ਦੀ ਗੱਲ ਕਰਦਾ ਹੈ। ਮਤਲਬ ਕਿ ਸਾਡਾ ਜੋ ਸੰਵਿਧਾਨ ਆ ਉਹ 1950 ਦੇ ਵਿੱਚ ਲਾਗੂ ਹੋਇਆ ਆ। ਸੋ ਕੀ ਆਪਾਂ ਕਹਿ ਸਕਦੇ 1950 ਤੋਂ ਪਹਿਲਾਂ ਕੋਈ ਕਾਨੂੰਨ ਹੈ ਨਹੀਂ ਸੀ? ਸਾਡੇ 1950 ਤੋਂ ਪਹਿਲਾਂ ਵੀ ਬਹੁਤ ਅਜਿਹੇ ਕਾਨੂੰਨ ਸੀਗੇ ਜਿਹੜੇ ਕਿ ਸਾਡੇ ਸੰਵਿਧਾਨ ਹੋਣ ਤੋਂ ਪਹਿਲਾਂ ਵੀ ਐਗਜ਼ਿਸਟ ਕਰਦੇ ਸੀਗੇ, ਅਤੇ ਕਈ ਅਜਿਹੇ ਹੁਣ ਕਾਨੂੰਨ ਆ ਜੋ ਕਿ ਸਾਡੇ ਫੰਡਾਮੈਂਟਲ ਰਾਈਟ ਦੇ ਨਾਲ ਇਨਕਨਸਿਸਟੈਂਟ ਸਨ। ਮੰਨ ਲਾ ਕਿ ਜੋ ਸਾਡੇ ਫੰਡਾਮੈਂਟਲ ਰਾਈਟ ਆ ਉਹ ਉਹਨਾਂ ਦੇ ਵਿਰੁੱਧ ਸਨ। ਸੋ ਆਰਟੀਕਲ ਜੋ ਸਾਡਾ 13 ਦਾ ਆ, ਸਬ ਆਰਟੀਕਲ 1 ਆ, ਅਤੇ ਉਹ ਸਾਨੂੰ ਇਹੀ ਚੀਜ਼ ਕਹਿੰਦਾ ਪਿਆ ਆ, ਜਿਹੜੇ ਵੀ ਪਿਛਲੇ ਪੁਰਾਣੇ ਲਾਅ ਆ ਉਹ ਸਾਡੇ ਫੰਡਾਮੈਂਟਲ ਰਾਈਟਸ ਦੇ ਅਗੇਂਸਟ ਜਾਂਦੇ ਪਏ ਆ, ਅਤੇ ਉਹ ਵਾਲੇ ਜਿਹੜੇ ਲਾਅ ਆ ਉਹ ਵੋਇਡ ਹੋ ਜਾਣਗੇ। ਅਤੇ ਉਸ ਤੋਂ ਬਾਅਦ ਜਿਹੜਾ ਸਾਡਾ ਸਬ ਆਰਟੀਕਲ 2 ਕਹਿੰਦਾ ਪਿਆ ਆ, ਜਿਹੜੇ ਲੈਜਿਸਲੇਟਿਵ ਆ ਉਹਨਾਂ ਦੇ ਦੁਆਰਾ ਜਿਹੜੇ ਪੋਸਟ ਕੌਨਸਟੀਟਿਊਸ਼ਨਲ ਦੇ ਲਾਅ ਆ, ਸਾਡੇ ਕੌਨਸਟੀਟਿਊਸ਼ਨ ਬਣਨ ਤੋਂ ਬਾਅਦ ਉਹਨਾਂ ਨੇ ਜਿਹੜੇ ਸਾਡੇ ਲਾਅ ਬਣਾਏ ਆ, ਜੇਕਰ ਉਹ ਵਾਲੇ ਲਾਅ ਵੀ ਸਾਡੇ ਜਿਹੜੇ ਕੌਨਸਟੀਟਿਊਸ਼ਨ ਦੇ ਫੰਡਾਮੈਂਟਲ ਰਾਈਟਸ ਦੇ ਅਗੇਂਸਟ ਜਾਂਦੇ ਪਏ ਆ, ਅਤੇ ਅਜਿਹੇ ਲਾਅਜ਼ ਨੂੰ ਵੀ ਵੋਇਡ ਡਿਕਲੇਅਰ ਕਰ ਦਿੱਤਾ ਜਾਵੇਗਾ। ਸੋ ਇੱਥੇ ਜੋ ਕਿ ਸਾਡੇ ਫਿਰ ਸੁਪਰੀਮ ਕੋਰਟ ਆ ਅਤੇ ਸਾਡੇ ਹਾਈ ਕੋਰਟਸ ਆ, ਉਹਨਾਂ ਦੀ ਪਾਵਰ ਆ ਜੋ ਉਹ ਇੱਥੇ ਪਿਕਚਰ ਦੇ ਵਿੱਚ ਆਉਂਦੀ ਆ, ਜੋ ਕਿ ਇਸ ਚੀਜ਼ ਨੂੰ ਰਿਵਿਊ ਕਰਦੇ ਆ ਕਿ ਜਿਹੜੇ ਇਹ ਵਾਲੇ ਕਾਨੂੰਨ ਆ ਕਿ ਉਹ ਸਾਡੇ ਸੰਵਿਧਾਨ ਦੇ ਖਿਲਾਫ ਹਨ ਜਾਂ ਨਹੀਂ ਹਨ। ਅਤੇ ਉਹ ਇਹਨਾਂ ਚੀਜ਼ਾਂ ਨੂੰ ਦੇਖ ਕੇ ਜੋ ਕਿ ਸਾਡਾ ਜੁਡੀਸ਼ੀਅਲ ਰਿਵਿਊ ਆ, ਇੱਥੋਂ ਹੀ ਇਹ ਵਾਲੇ ਸੈਕਸ਼ਨ ਤੋਂ ਹੀ ਉਪਜਦਾ ਹੈ। ਸੋ ਇਹਨਾਂ ਦੋ ਸੈਕਸ਼ਨਾਂ ਦੇ ਵਿੱਚ ਹੀ ਜਿਹੜੀਆਂ ਦੋ ਡਾਕਟਰਾਈਨਸ ਆ ਉਹ ਅਪਲਾਈ ਕੀਤੀਆਂ ਜਾਂਦੀਆਂ ਹਨ, ਡਾਕਟਰੀਨ ਆਫ ਐਕਲਿਪਸ ਅਤੇ ਡਾਕਟਰੀਨ ਆਫ ਸੈਵਰੇਬਿਲਟੀ। ਹੁਣ ਸਭ ਤੋਂ ਪਹਿਲਾਂ ਹੀ ਜਾਣਦੇ ਹਾਂ ਕਿ ਡਾਕਟਰੀਨ ਆਫ ਐਕਲਿਪਸ ਕੀ ਆ। ਡਾਕਟਰੀਨ ਆਫ ਐਕਲਿਪਸ, ਜਿੱਦਾਂ ਕਿ ਅਸੀਂ ਐਕਲਿਪਸ ਦਾ ਮਤਲਬ ਆ ਕਿ ਕੋਈ ਚੀਜ਼ ਕਿਸੇ ਚੀਜ਼ ਦੀ ਸ਼ੈਡੋ ਦੇ ਨਾਲ ਢੱਕ ਜਾਣਾ। ਸੋ ਇਸੇ ਤਰ੍ਹਾਂ ਆ, ਜਿਹੜੇ ਵੀ ਲਾਅ ਆ ਉਹ ਜੇਕਰ ਤਾਂ ਫੰਡਾਮੈਂਟਲ ਰਾਈਟਸ ਦੇ ਅਗੇਂਸਟ ਆ, ਤਾਂ ਉਹ ਫੰਡਾਮੈਂਟਲ ਜਿਹੜੇ ਰਾਈਟ ਆ ਉਹਨਾਂ ਦੀ ਸ਼ੈਡੋ ਦੇ ਥੱਲੇ ਜਿਹੜੇ ਉਹ ਢੱਕ ਜਾਣਗੇ, ਅਤੇ ਉਹਨਾਂ ਦੀ ਕੋਈ ਵੀ ਵੈਲਿਡਿਟੀ ਨਹੀਂ ਰਹੇਗੀ, ਅਤੇ ਉਹ ਜਿਹੜੇ ਆ ਇੱਕ ਸਲੀਪਿੰਗ ਨੇਚਰ ਦੇ ਵਿੱਚ ਆ ਉਹ ਉੱਥੇ ਪੈ ਰਹਿਣਗੇ। ਬਟ ਹੁਣ ਇੱਥੇ ਅਜਿਹਾ ਕਿਉਂ ਆ, ਉਹਨਾਂ ਲਾਅ ਨੂੰ ਅਸੀਂ ਟੋਟਲੀ ਕਿਉਂ ਨਹੀਂ ਖਤਮ ਕਰ ਦਿੰਦੇ ਹਨ? ਤਾਂ ਇਸ ਚੀਜ਼ ਨੂੰ ਸਮਝਣ ਦੇ ਲਈ ਸਾਨੂੰ ਦੇਖਣਾ ਪਵੇਗਾ ਕਿ ਜਿਹੜੇ ਫੰਡਾਮੈਂਟਲ ਰਾਈਟ ਆ ਕੀ ਉਹ ਹਰੇਕ ਇਨਸਾਨ ਨੂੰ ਉਪਲਬਧ ਹਨ? ਨਹੀਂ, ਜਿਹੜੇ ਸਾਡੇ ਫੰਡਾਮੈਂਟਲ ਰਾਈਟ ਆ ਉਹ ਸਿਰਫ ਅਤੇ ਸਿਰਫ ਇੱਥੇ ਦੇ ਸਿਟੀਜ਼ਨਸ ਨੂੰ ਉਪਲਬਧ ਹਨ, ਕੁਝ ਕੁ ਫੰਡਾਮੈਂਟਲ ਰਾਈਟਸ ਨੂੰ ਛੱਡ ਕੇ। ਸੋ ਜਿਹੜੇ ਅਜਿਹੇ ਲੋਕ ਹਨ ਜਿਹੜੇ ਕਿ ਆਪਣੇ ਫੰਡਾਮੈਂਟਲ ਰਾਈਟਸ ਦੀ ਸ਼ੈਡੋ ਦੇ ਦੁਆਰਾ ਢੱਕ ਦਿੱਤੇ ਗਏ ਹਨ, ਪਰ ਉਹ ਵਾਲੇ ਲਾਅ ਜਿਹੜੇ ਨੋਨ ਸਿਟੀਜ਼ਨਸ ਆ ਉਹਨਾਂ 'ਤੇ ਤਾਂ ਅਪਲਾਈ ਹੋ ਹੀ ਸਕਦੇ ਆ, ਜਾਂ ਕਹਿ ਲਓ ਕਿ ਜਿਹੜੀ ਇਹ ਸ਼ੈਡੋ ਆ ਇਹਨਾਂ ਨੂੰ ਅਮੈਂਡਮੈਂਟ ਦੇ ਦੁਆਰਾ ਵੀ ਅਸੀਂ ਖਤਮ ਕਰਕੇ ਉਹਨਾਂ ਜਿਹੜੇ ਲਾਅਜ਼ ਨੂੰ ਦੁਬਾਰਾ ਓਪਰੇਟਿਵ ਬਣਾ ਸਕਦੇ ਹਾਂ, ਜਿਹੜੇ ਕਿ ਇਨ ਓਪਰੇਟਿਵ ਹੋ ਗਏ ਸੀਗੇ। ਜਿਸ ਤਰ੍ਹਾਂ ਕਿ ਇਸ ਚੀਜ਼ ਨੂੰ ਲੈ ਕੇ ਡਾਕਟਰ ਐਕਲਿਪਸ ਦੀ ਜੋ ਹੈ ਉਸਨੂੰ ਭੀਖਾ ਜੀ ਵਰਸ ਸਟੇਟ ਆਫ ਇਹ ਮੱਧ ਪ੍ਰਦੇਸ਼ ਵਾਲਾ ਕੇਸ ਸੀਗਾ, ਜਿਹਦੇ ਵਿੱਚ ਕਿ ਇਹ CPN ਵੇਰੀਅਰ ਮੋਟਰ ਵਹੀਕਲ ਅਮੈਂਡਮੈਂਟ ਐਕਟ 1947, ਜਿਹਦੇ ਵਿੱਚ ਕੀ ਸੀਗਾ ਕਿ ਜਿਹੜੀ ਸਟੇਟ ਦੇ ਕੋਲ ਪਾਵਰ ਸੀ, ਜੋ ਸਟੇਟ ਹੈ ਕੋਈ ਵੀ ਪ੍ਰਾਈਵੇਟ ਮੋਟਰ ਵਹੀਕਲ ਦਾ ਬਿਜ਼ਨਸ ਹੈ, ਟਰਾਂਸਪੋਰਟ ਦਾ ਬਿਜ਼ਨਸ ਹੈ, ਉਸਨੂੰ ਉਹ ਆਪਣੇ ਅੰਡਰ ਲੈ ਸਕਦੀ ਸੀਗੀ। ਸੋ ਇੱਥੇ ਜੋ ਗੌਰਮੈਂਟ ਆਪਣੀ ਮੋਨੋਪੋਲੀ ਚਲਾ ਰਹੀ ਸੀਗੀ,
बट साडा जो जो कॉन्स्टिट्यूशन पास होया जो साडा संविधान की कहता है जो आर्टिकल 19 सगा 19 जी सगा वो इस चीज़ को कहता पे कि हरेक बंदे नू अपना बिजनेस करने का अधिकार है। सो ये दोनों चीज़ें सगियां इनकंसिस्टेंट हो गई। सो इसलिए उत्थे जिहड़ी डॉक्ट्रिन ऑफ एक्लिप्स आपां अप्लाई करते हैं कि जिहड़ा बाकी का पार्ट सगा और मेन जिहड़ा सगा उस तरह चलेगा तो जिहड़ियां संविधान के खिलाफ जांदियां पईयां चीज़ां जिस तरह की ये वाली चीज़ सगी उहनू इन ऑपरेटिव कर दिता गया वो साडे फंडामेंटल राइट्स आ उहदी शैडो के अंदर ढक दिते गए। तो नैक्सट जदों असीं देखते हैं हुण डॉक्ट्रिन ऑफ सेवरेबिलिटी। हुण जेकर असीं देखिए कोई एक्ट पास हुंदा है जां कोई पहलां वाले भी एक्ट सके जिस तरह असीं की असीं हुण उठा के देखिए एक IPC इंडियन कॉन्ट्रैक्ट एक्ट एविडेंस एक्ट ये बहुत ही पिछली सदी के बने हुए हैं साडे संविधान बन तो भी कई सौ साल जिहड़े पहलां दे एक्ट बने हुए हैं। सो अजिही हालत दे विच इन्हां जो एक्ट आ इन्हां नूं खत्म नहीं किया गया हैगा ये उस तरह हुण तक भी उस तरह चलते आ रहे हैं जिस तरह कि ये पहला ही इन्ने सालों तो चले आ रहे हैं। बट इत्थे असी अप्लाई करते हैं डॉक्ट्रिन ऑफ सेवरेबिलिटी मतलब कि जेडे भी साडे सैक्शन आ उन्हां एनैक्टमेंट्स दे विच जेडे भी साडे सैक्शन आ प्रोविजन इस तरह दियां होंगियां जिहड़ियां कि संविधान के खिलाफ जांदियां पईयां आ असी उन्हां प्रोविजन नूं अलग कर देवांगे। मान लो कि ये एक छाने की तरह वर्क करता है कि असी उत्थे इन्हां ते फंडामेंटल जो राइट्स आ उन्हां दा छानना लाउणा है जिहड़ियां चीज़ां दा फंडामेंटल राइट्स दे खिलाफ जा रही आ उह चीज़ां नूं असी छान के बाहर कढ लैणा है जिहड़ियां साडे फंडामेंटल राइट्स नूं कोई नुकसान नहीं पहुँचा रही उन्हां नूं असी उदां दियां उदां ही रखना है। इस नूं कहिंदे आ डॉक्ट्रिन ऑफ सेवरेबिलिटी। सो इहदे विच जो साडा ए डॉक्ट्रिन ऑफ ए सेवरेबिलिटी दे विच साडा मेन केस सीगा स्टेट ऑफ बॉम्बे वर्स FN ए बलसारा वाला केस सीगा जिहदे विच कि जिहड़ा साडा बॉम्बे प्रोविजन एक्ट सीगा उहदियां कुछ प्रोविजन सीगियां वह फंडामेंटल राइट्स के अगेंस्ट जा रही सी। उहदे विच की कीता गया जो इसका सैक्शन 8 सीगा वह साडे फंडामेंटल राइट आ उहदे अगेंस्ट जा रहा सीगा ते उहदे विच कोर्ट ने की कीता उहनू सैवरल कर दिता उहनू अलग कर दिता कि जिहड़े भी सैक्शन सीगे वह अगेंस्ट जाते पे सीगे उहनां नू वॉइड डिकलेयर कर दिता ते जिहड़े सैक्शन सीगे वो अगेंस्ट नहीं जाते पे सी उन्होंने एज इट उस तरह रहन दिता तो वह उस तरह ओपरेटिव चलते रहे। तो सो जे इनकंसिस्टेंट है वो हूँ वॉइड पोजिशन के चल गया तो उन्हों की कोई भी वैल्यू नहीं रही। ये डॉक्ट्रिन ऑफ सेवरेबिलिटी।